ਹਾਂਜੀ ਬਬੋ ਕਰਦੇ ਆ ਸਵਾਤਿ ਤੁਹਾਡੇ ਆਪਦੇ YouTube ਚੈਨਲ ਤੇ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀ ਦੇ ਆਪਸ਼ਨ ਨੂੰ ਆਲਟ ਕਰ ਦਿਓ ਸੈੱਟ ਤਾਂ ਕਿ ਨਮਜ਼ਰੇ ਵੀਡੀਓ ਸਾਨੂੰ ਸੱਤ ਪਹਿ ਜਾਂਦੇ ਮਿਲਦੀ ਰਹੇ ਤੇ ਅੱਜ ਆਪਾਂ ਸੇਲ ਵਾਸਤੇ ਕਾਫੀ ਡੈਟਰ ਲੈ ਕੇ ਆਏ ਆ ਤੇ ਸਭ ਤੋਂ ਪਹਿਲਾਂ ਸਾਡਾ ਹੈਲਪੇਨ ਬਕਰੋ ਨੋਟ ਇਸ ਤੇ ਪੰਜ ਤੋਂ ਛੇ ਫੋਟੋਆਂ ਭੇਜ ਕੇ ਤੇ ਇਨਫੋਰਮੇਸ਼ਨ ਭੇਜ ਕੇ ਕਿਸੇ ਵੀ ਚੰਦ ਦੀ ਐਡ ਮੁਫਤ ਵੀ ਚਾਹਤ ਲਵਾ ਸਕਦੇ ਹੋ ਤੇ ਪਹਿਲ ਨੰਬਰ ਦੇ ਗੱਲ ਕਰਦੇ ਆ ਆਪਾਂ ਫਾਰਮਟ੍ਰੈਕ 60 ਦੀ ਜਿਹਦਾ ਜੋ ਮਾਡਲ ਹੈ 2011 ਮਾਹੌਲਾ ਟਰੈਕਟਰ ਦਾ ਜੀ ਆਪਦੇ ਟੈਂ ਦੀ ਗੱਲ ਕਰੀਏ ਬਿਲਕੁਲ ਨਵੀਂ ਕੰਡੀਸ਼ਨ ਦੇ ਵਿੱਚ ਆਇਆ ਦੇ ਟਾਇਰ ਪੈਣੇ ਹੈਵੀ ਬੰਪਰ ਨਾਰਾ ਟਰੈਕਟਰ ਦੇ ਫਾਈਬਰ ਹੁੱਡ ਬਾਰੇ ਮਾਲਕਾ ਕਨਫਰਮ ਕਰ ਸਕਦੇ ਹੋ ਤੇ ਪਾਵਰ ਸਟੇਂਗ ਟਰੈਕਟਰ ਡਬਲ ਡਿਸਟ੍ਰਿਬਿਊਟਰ ਹੈ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫਲੋਕਿਆ ਕੋਈ ਕਮੀ ਪੇਸ਼ ਨਹੀਂ ਕੋਈ ਪਾਰਟ ਚੇ ਨਹੀਂ ਹੋਇਆ ਕੋਈ ਰੇਪੇ ਨਹੀਂ ਪਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਬਾਡੀ ਚਾ ਇਸ ਦਿਨ ਮਗਰਾਟਾ ਅੰਗਸਰ ਨਾਲ ਦਾ ਹੈ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟ ਹੈਡ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਕੱਲੇ 10 ਕਿੱਲੇ ਦੀ ਵਾਹ ਤੇ ਟਰੈਕਟਰ ਚਲਿਆ ਹੋਇਆ ਹੈ ਮਾਲਕ ਵੀਰ ਹੁਣੀਆਂ ਲਵੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਮੰਗ ਰੱਖੀ ਗਈ ਹੈ 390000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਾਟਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸੂ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇਉ ਤੇ ਮਾਲਕ ਵੀਰ ਹੁਣੇ ਜੋ ਹੋਰ ਕੋਈ ਵੀ ਜਾਣਕਾਰੀ ਲੈ ਸਕਦਾ ਟਰੈਕਟਰ ਬਾਰੇ ਤੇ ਏਰੀਆ ਹੈਗਾ ਮਾਲਕ ਵੀਰ ਹੁਣੀ ਦਾ ਫਰੀਦਕੋਟ ਤੇ ਅੱਗੇ ਆਪਾਂ ਕਰਦੇ ਆਂ ਸੋਨਾਲਿਕਾ 750 ਡੀ ਆਈ ਦੀ ਜਿਸ ਤਰ੍ਹਾਂ ਇਹ ਮਾਡਲ ਹੈ 2017 ਮੋਹੱਲਾ ਟਰੈਕਟਰ ਦਾ ਜੇ ਆਪ ਇਹਦੇ ਟਾਇਰਾਂ ਦੀ ਗੱਲ ਕਰੀਏ 80% ਦੇ ਟਾਇਰ ਪੈਣੇ ਨਾਲ ਦੇ ਟਾਇਰ ਨੇ ਟਰੈਕਟਰ ਦੇ ਬਾਡੀ ਚਾਸਿਸ ਦੇ ਨਾਲ ਮਗਰਾਟਾਂ ਰੰਗਸਾਰ ਨਾਲ ਦਾ ਕਿਤੇ ਵੀ ਦਵਾਰ ਰੰਗ ਫੇਡ ਨਹੀਂ ਹੋਇਆ ਹੋਇਆ ਤੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਬਾਡੀ ਚਾਸਿਸ ਦੇ ਨਾਲ ਮਗਰਾਟਾਂ ਰੰਗਸਾਰ ਨਾਲ ਦਾ ਕਿਤੇ ਵੀ ਦਵਾਰਾ ਰੰਗ ਫੇਡ ਨਹੀਂ ਹੋਇਆ ਹੋਇਆ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫਰ ਲੋਕੇ ਹੈ ਕੋਈ ਕਮੀ ਬੇਸੀ ਨਹੀਂ ਕੋਈ ਪਾਰਟਸ ਚੇ ਨਹੀਂ ਹੋਇਆ ਕੋਈ ਰਿਪੇਅਰ ਨਹੀਂ ਭਾਲ ਦਾ ਫੁੱਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਤੇ ਜਿਹੜਾ ਇਹ ਵੀ ਪ੍ਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਤਹੇ ਡਰਾਈਵ ਕਰਕੇ ਟਰੈਕਟਰ ਖੀਸਾ ਦੇऊं ਤੇ ਜੇ ਆਪਾਂ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 490000 ਰੁਪਿਆ ਜੋ ਕਿ ਮੌਕੇ ਦੇ ਥੋੜਾ ਬੋਤੀਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਤੇ ਮਾਲਕ ਵੀਰ ਹੁਣੀਆਂ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦਾ ਟਰੈਕਟਰ ਬਾਰੇ ਤੇ ਇਹ ਹੈਗੇ ਮਾਲਕ ਵੀਰ ਹੁਣੀਆਂ ਦੇ ਤਰਨਤਾਰ ਤੇ ਅੱਗੇ ਆਪਾਂ ਕਰਦੇ ਆਂ ਸਵਰਾਜ 855 FE 4 ਸਟਾਰ ਦੀ ਜਿਸ ਤਜੋ ਮਾਡਲ ਹੈ 2015 ਮੋਹਲਾ ਟਰੈਕਟਰ ਦਾ ਜੇ ਆਪ ਇਹਦੇ ਟੈਂਡੀਆਂ ਕਰੀਏ ਬਿਲਕੁਲ ਨਿਊ ਟਾਇਰ ਦੇ ਟਾਇਰ ਪੈਣੇ ਹੈਵੀ ਬੰਪਰ ਹੁੱਡ ਨਾਲ ਟਰੈਕਟਰ ਦੇ ਬਾਡੀ ਚੈਸਿਸ ਦਰਮ ਗਰਾਟਾ ਰੰਗ ਸਾਰ ਨਾਲ ਦਾ ਹੈ ਕਿਤੇ ਵੀ ਦੁਆਰਾ ਰੰਗ ਪੇੜ ਨਹੀਂ ਹੋਇਆ ਹੋਇਆ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫਲੋਕੇ ਹੈ ਕੋਈ ਕਮੀ ਬੇਸੀ ਨਹੀਂ ਕੋਈ ਪਾਰਟਸ ਚੇ ਨਹੀਂ ਕੋਈ ਰਿਪੇਅਰ ਨਹੀਂ ਭਾਲਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਹੈ ਡੰਡਾ ਡਰਾਈਵਲ ਨਾਲਾ ਟਰੈਕਟਰ ਦੇ ਤੇ ਪੰਜਾਬ ਨੰਬਰ ਟਰੈਕਟਰ ਹੈ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਤਹੇ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਰਿਮਾਂਡ ਰੱਖੀ ਗਈ ਹੈ 475000 ਰੁਪਏ ਜੋ ਕਿ ਮੌਕੇ ਦੇ ਥੋੜਾ ਬੌਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾ ਦੇਉ ਤੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਣ ਟਰੈਕਟਰ ਬਾਰੇ ਤੇ ਰਿ ਹੈਗੇ ਮਾਲਕ ਵੀਰ ਹੁਣ ਇਹ ਦਾ ਮੁਖਤੀ ਸਰ ਤੇ ਅੱਗੇ ਆਪਾਂ ਗੱਲ ਕਰਦੇ ਆ ਨਿਊ ਹਾਲੈਂਡ ਸਤੀ 30 ਸਪੈਸ਼ਲ ਐਡੀਸ਼ਨ ਪਲੱਸ ਦੀ ਜਿਸ ਤਾਇੋ ਮਾਡਲ ਹੈ 2018 ਮੋਹਲ ਟਰੈਕਟਰ ਦਾ 2019 ਦੀ ਕਾਪੀ ਹੈ ਟਰੈਕਟਰ ਦੀ ਤੇ ਜੇ ਆਪ ਇਹਦੇ ਰਟਾਇਨ ਦੀਆ ਕਰੀਏ 90 ਪੈਸੇ ਇਹਦੇ ਟਾਇਰ ਪਏ ਨੇ ਨਾਲ ਦੇ ਟਾਇਰ ਨੇ ਕੁੱਲ 650 ਘੰਟੇ ਟਰੈਕਟਰ ਚੱਲਿਆ ਹੋਇਆ ਹੈਵੀ ਬੰਪਰ ਹੁੱਡ ਡਾਡਾ ਡਰਾਵਲ ਨਾਲ ਟਰੈਕਟਰ ਦੇ ਪਾਵਰ ਸਟੇਂਗ ਟਰੈਕਟਰ ਤੇ ਬਾਡੀ ਚਾਹ ਦੇ ਰਾਮ ਗਰਾਟਾ ਰੰਗਸਾ ਨਾਲ ਦੇ ਇੱਕ ਤੇ ਵੀ ਦਵਾ ਰੰਗ ਪੇ ਨਹੀਂ ਹੋਇਆ ਹੋਇਆ ਤੇ ਇੰਜਨ ਗੀਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਹੋ ਕੇ ਕੋਈ ਕਮੀ ਬੇਸੀ ਨਹੀਂ ਕੋਈ ਪਾਰਟਸ ਨਹੀਂ ਹੋ ਕੇ ਰਿਪੇਅਰ ਨਹੀਂ ਪਾਲਦਾ ਫੁੱਲ ਟਾਪ ਕਲਾਸ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟੈਹ ਡਰਾਈਵ ਕਰਕੇ ਟਰੈਕਟਰ ਖੀਸਾ ਦਿਓ ਤੇ ਜੇ ਆਪਾਂ ਇਹ ਡਿਮਾਂਡ ਦੀ ਹੈ ਕਰੀ ਮਾਲਕ ਵੀਰ ਹੁਈਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 715000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ نیچے ਸਕਰੀਨ ਦੇ ਉੱਤੇ ਸੋ ਹੋ ਰਿਹਾ ਹੈ ਇਸਤੇ ਕਾਲ ਕਰਕੇ ਤੁਸੀਂ ਟਰੈਕਟਰ ਖਰੀਦ ਸਕਦੇ ਹੋ ਤੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਣ ਟਰੈਕਟਰ ਬਾਰੇ ਮੋਗਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਅਲ ਕਰਦੇ ਹਾਂ ਸਵਰਾਜ 735 ਐਫੀ ਦੀ ਜਿਸ ਤयो ਮਾਡਲ ਹੈ 1997 ਮੌਲ ਟਰੈਕਟਰ ਦਾ ਜੇ ਆਪੇ ਦੇ ਟੈਂਡੀਆਂ ਕਰੀਏ ਬਿਲਕੁਲ ਨਿਊ ਟਾਇਰ ਦੇ ਟਾਇਰ ਪਣ ਨੇ ਜੇ ਕੇ ਕੰਪਨੀ ਦੇ ਟਾਇਰ ਨੇ ਬਾਡੀ ਚੈਸ ਦਰਾ ਮਗਰਾਟਾ ਰੰਗਸਾਰ ਨਾਲ ਦਾ ਕਿਤੇ ਵੀ ਦੁਆਰ ਰੰਗ ਪੇਡ ਨਹੀਂ ਹੋਇਆ ਹੋਇਆ ਤੇ ਇੰਜਨ ਗੇਅਰ ਲਿਫਟ ਪੰਪ ਦਾ ਟਰੈਕਟਰ ਫੁੱਲ ਲੋਕਿਆ ਕੋਈ ਕਮੀ ਬੇਸੀ ਨਹੀਂ ਕੋਈ ਪਾਰਟ ਚੇਨ ਨਹੀਂ ਹੈ ਕੋਈ ਰਿਪੇਅਰ ਨਹੀਂ ਭਾਲ ਦਾ ਫੁੱਲ ਟੌਪ ਕਲਾਸ ਕੰਡੀਸ਼ਨ ਦੇ ਵਿੱਚ ਰੈਟਰ ਪਿਆ ਹੈ ਤੇ ਪੰਜਾਬ ਨੰਬਰ ਟਰੈਕਟਰ ਹੈ ਹੁੱਡ ਨਾਲਾ ਟਰੈਕਟਰ ਦੇ ਤੇ ਜਿਹੜਾ ਇਹ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਜੇ ਆਪੇ ਹੀ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਹੈ 160000 ਰੁਪਇਆ ਜੋ ਕਿ ਮੌਕੇ ਦੇ ਥੋੜਾ ਬੋਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕਟਰ ਖੀਸਾਦੇ ਤੇ ਮਾਰਕ ਪੁੱਛੋ ਨੇ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦਾ ਟਰੈਕਟਰ ਬਾਰੇ ਤੇ ਬਰਨਾਲਾ ਏਰੀਆ ਮਾਲਕ ਵੀਰ ਹੁਣੀਆਂ ਦਾ ਤੇ ਅੱਗੇ ਆਪਾਂ ਅਲ ਕਰਦੇ ਆ ਫੂਡ ਸਤੀਤੀ ਦੀ ਜੇ ਆਪਦੇ ਟੈਂਜੀਆ ਕਰੀਏ ਵਧੀਆ ਕੰਡੀਸ਼ਨ ਦੇ ਵਿੱਚ ਹੈ ਦੇ ਟਾਇਰ ਪੈਣ ਨੇ ਹੈਵੀ ਬੰਪਰ ਹੁੱਡ ਨਾਲਾ ਟਰੈਕਟਰ ਦੇ ਅਗਲੇ 10 ਦੇ ਮਗਰਾਟ ਲੱਗੇ ਨੇ ਪੰਜਾਬ ਨੰਬਰ ਟਰੈਕਟਰ ਐ ਤੇ ਬਾਡੀ ਚਸ਼ਦਰਾ ਮਗਰਾਟਾਂ ਰੰਗਸਰ ਨਾਲ ਦਾ ਕਿਤੇ ਵੀ ਦਵਾਰ ਰੰਗ ਪਿੰਨੀ ਹੋਇਆ ਹੋਇਆ ਤੇ ਮੂਵੀ ਸਿਸਟਮ ਨਾਲ ਲਾ ਟਰੈਕਟਰ ਦੇ ਤੇ ਜਿਹੜਾ ਐ ਵੀਪਰਾ ਟਰੈਕਟਰ ਲੈਣ ਲਈ ਚਾਹਵਣ ਹੋਵੇ ਬਾਕੇ ਚਲਾ ਕੇ ਟਹਿਡ ਡਰਾਈਵ ਕਰਕੇ ਟਰੈਕਟਰ ਖੀਸਾ ਦੇਉ ਤੇ ਡੰਡਾ ਡਰੈਵਲ ਵੀ ਨਾਲ ਐ ਇੰਜਨ ਗੇਅਰ ਦਾ ਫੁੱਲ ਓਕੇ ਆ ਟਰੈਕਟਰ ਤੇ ਜਿਹੜਾ ਮਾਡਲ ਐ ਉਹ ਮਾਲਕਾਂ ਕਨਫਰਮ ਕਰ ਲਿਓ ਤੇ ਜੇ ਆਪਾਂ ਇਹ ਡਿਮਾਂਡ ਦੀਆ ਕਰੀਏ ਮਾਲਕ ਵੀਰ ਹੁਣੀਆਂ ਵੱਲੋਂ ਇਸ ਦੀ ਡਿਮਾਂਡ ਰੱਖੀ ਗਈ ਐ 290000 ਰੁਪਿਆ ਜੋ ਕਿ ਮੌਕੇ ਦੇ ਥੋੜਾ ਬਹੁਤੀ ਲੈਸ ਹੋਵੇਗਾ ਤੇ ਕੰਟੈਕਟ ਨੰਬਰ ਨੀਚੇ ਸਕਰੀਨ ਦੇ ਉਤੇ ਸ਼ੋ ਹੋ ਰਿਹਾ ਹੈ ਇਸ ਤੇ ਕਾਲ ਕਰਕੇ ਤੁਸੀਂ ਟਰੈਕੀਸਾ ਤੇ ਮਾਲਕ ਵੀਰ ਹੁਣੇ ਤੋਂ ਹੋਰ ਕੋਈ ਵੀ ਜਾਣਕਾਰੀ ਲੈ ਸਕਦੇ ਹੋ ਟਰੈਕਟਰ ਬਾਰੇ ਤੇ ਜਿਹੜੀ ਹੈਗੇ ਮਾਲਕ ਵੀਰ ਹੁਣਿਆਂ ਦਾ ਗਿੱਦੜਵਾਹਾ ਤੇ ਬਾਬਾ ਕਰਦੇ ਆਂ ਧੰਨਵਾਦ ਜੀ ਸਾਡੀ ਪੂਰੀ ਵੀਡੀਓ ਦੇਖਣ ਲਈ ਜਿਹੜਾ ਇਹ ਵੀ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਨਾਲ ਲੱਗੀ ਘੰਟੀ ਦੇ ਆਪਸ਼ਨ ਨਾਲ ਤੇ ਕਰ ਦਿਓ ਸੈਟ ਤਾਂ ਕਿ ਨਿਮਤਰੀਆਂ ਵੀਡੀਓਸ ਨੂੰ ਸੱਤ ਪੈ ਚੱਲਦੇ ਮਿਲਦੀਆਂ ਰਹਿਣਾ ਧੰਨਵਾਦ ਜੀ ਸਤਿ ਸ੍ਰੀ ਅਕਾਲ